ਹਾਂ, ਇੱਕ ਇਕੱਲਾ ਜੌਂਡੀਆ ਟਰੈਕਟਰ ਹੈਗਾ ਜਿਹਦੀ ਗਰੋਥ ਬਹੁਤ ਹੀ ਘਟੀ ਆ ਫਰਵਰੀ 'ਚ। ਕੁੱਲ ਉਹਨਾਂ ਦੇ 50-60 ਟਰੈਕਟਰ, ਉਹ ਵੀ ਵਧੇ ਨੇ, ਘਟੇ ਨਹੀਂ ਜੇ ਮੈਂ ਕਹਾਂ। ਹਾਂਜੀ, ਬਹੁਤ ਘੱਟ ਜਣੀ ਉਹਨਾਂ ਦੀ ਗਰੋਥ ਆਈ ਆ। ਬਾਕੀ ਇੱਦਾਂ ਗੱਲ ਕਰਾਂ ਵੀ ਕਿਸੇ ਵੀ ਚੀਜ਼ ਦੀ ਕੋਈ ਸੇਲ ਕੱਢਣੀ ਹੁੰਦੀ ਆ, FADA ਆ, FADA ਕੋਲ, ਜਿਹਨਾਂ ਕੋਲ ਸਟੈਟਿਕਸ ਨੇ ਐਕਚੁਅਲ। ਇਹ ਬਾਕੀ ਨੈੱਟ 'ਤੇ ਬਹੁਤ ਝੂਠ ਤੂਫਾਨ ਭਰਿਆ ਪਿਆ, ਉਹ ਤੋਂ ਬਚਿਆ ਕਰੋ। ਅਮਰੀਕਾ ਵਰਗੇ ਕੰਟਰੀ 'ਚ 4 ਬੈਂਕਾਂ ਬੰਦ ਹੋ ਜਾਂਦੀਆਂ ਨੇ, ਜੀਭ ਨਿਕਲ ਜਾਂਦੀ ਆ। ਇਹ ਜੇ ਗਰੋਥ ਸਲੋ ਹੋ ਸਕਦੀ ਆ, ਪਿੱਛੇ ਨੂੰ ਨਹੀਂ ਕਦੇ ਵੀ ਆ ਸਕਦੀ। ਪਿੱਛੇ ਨੂੰ ਆਈ ਔਰ ਕੰਟਰੀ ਦੀ ਇਕਨੋਮੀ ਕਲੈਪਸ ਜਦੇ, ਜਾਂ ਕਿਸੇ ਇੰਡਸਟਰੀ ਦੀ ਇੰਡਸਟਰੀ ਕਲੈਪਸ ਏ ਕਰਜੂਗੀ, ਐਂ ਨਹੀਂ ਘਟਦੀ। ਅਰਬਾਂ ਰੁਪਏ ਦੇ ਖਰਚੇ ਨੇ ਇੰਡਸਟਰੀ ਦੇ, ਤੁਹਾਨੂੰ ਕੌਣ ਦੱਸੀ ਜਾਂਦਾ ਹੋਣ ਲੱਗ ਗਈਆਂ ਨਾ, ਕੰਟਰੀ ਉਹ ਖੜ ਜਾਂਦਾ ਹੁੰਦਾ। ਇੱਦਾਂ ਨਹੀਂ ਕਦੇ ਵੀ ਕੋਈ ਪਰਟੀਕੁਲਰ ਇੰਡਸਟਰੀ ਘੱਟ ਜਾਂਦੀ ਹੁੰਦੀ। ਗਰੋਥ ਘੱਟ ਸਕਦੀ ਆ, ਐਂ ਨਹੀਂ ਵੀ ਪਿੱਛੇ ਨੂੰ ਜਾਣ ਲੱਗ ਜੂ। ਜਿੰਦੇ ਲੱਗ ਜਾਣਗੇ ਦਿਨਾਂ 'ਚ, ਸਰਵਾਈਵ ਕਦੇ ਨਾ ਕਰ ਲੈਣਗੀਆਂ ਕੰਪਨੀਆਂ। ਆਪਾਂ ਪਹਿਲਾਂ ਵੀਡੀਓ ਪਾਉਂਦੇ ਹੁੰਦੇ ਸੀ ਟਰੈਕਟਰਾਂ ਦੀ ਰਿਟੇਲ ਸੇਲ ਬਾਰੇ, ਉਹਦਾ ਤਾਂ ਪਹਿਲਾਂ ਮੈਂ ਤੁਹਾਨੂੰ ਇਹ ਥੋੜ੍ਹਾ ਜਿਹਾ ਕਲੀਅਰ ਕਰਦਾ ਵੀ ਇਹ ਜਿਹੜੇ ਸਟੈਟਿਕਸ ਤੁਸੀਂ ਥਾਂ ਥਾਂ ਤੋਂ ਪੜ੍ਹੀ ਜਾਂਦੇ ਹੋ, ਗੁੰਮਰਾਹਕੁੰਨ ਹੋਣ ਤੋਂ ਬਚੋ। ਇਹ ਪੜ੍ਹਨੇ ਕਿੱਥੋਂ ਆਪਾਂ? ਇਹ ਵੈਬਸਾਈਟ ਹੈਗੀ ਆ www.fada.in, ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ। ਇੱਕ ਐਸੋਸੀਏਸ਼ਨ ਬਣੀ ਹੋਈ ਆ, ਕੋਈ ਐਂ ਨਹੀਂ ਵੀ ਝੋਲਾ ਚੱਕ ਸਿਸਟਮ ਆ। ਇਹਨਾਂ ਦਾ ਜਿਹੜਾ ਹੁੰਦਾ ਉਹ ਸਾਰੇ ਸਹੀ ਜਿਹੜੇ ਅੰਕੜੇ ਨੇ ਤੁਹਾਨੂੰ ਇੱਥੋਂ ਮਿਲਣਗੇ। ਅਤੇ ਰਹੀ ਗੱਲ ਟਰੈਕਟਰਾਂ ਦੀ ਸੇਲ ਦੀ, ਕਦੇ ਨਹੀਂ ਇੱਦਾਂ ਕੁਛ ਕੋਈ ਘਟਦਾ ਹੁੰਦਾ। ਜੇ ਐਂ ਘਟ ਗਿਆ ਨਾ, ਮਿੰਟਾਂ 'ਚ ਜਿੰਦੇ ਲੱਗ ਜਾਂਦੇ ਆ, ਦਿਨਾਂ 'ਚ। ਕੀ ਹੋਇਆ ਸੀ ਹਾਰਲੇ ਨੂੰ? 4 ਦਿਨ 'ਚ ਜਿੰਦਾ ਲੱਗ ਗਿਆ। GMC ਨੂੰ ਕੀ ਹੋਇਆ ਸੀ? 4 ਦਿਨ 'ਚ ਜਿੰਦਾ ਲੱਗ ਗਿਆ। ਉਹ ਵੀ ਘਟੇ ਨਹੀਂ ਸੀ, ਸੇਲ ਸਲੋ ਹੋਈ ਸੀ, ਹਾਲਾਂਕਿ ਉਹ ਗਰੋਥ ਕਰ ਰਹੇ ਸੀ। ਪਰ ਇੱਕ ਗਰੋਥ ਦੀ ਰੇਸ਼ੋ ਹੁੰਦੀ ਆ ਕਿ ਇੰਨੀ ਜੇ ਗਰੋਥ ਹੋਊਗੀ ਤਾਂ ਕੁਛ ਬਚਦਾ। ਇੰਡੀਆ ਤਾਂ ਵੈਸੇ ਇੱਕ ਇਹੋ ਜਿਹਾ ਕੰਟਰੀ ਆ ਜਿੱਥੇ ਟਰੈਕਟਰ ਕੰਪਨੀਆਂ ਖੁਸ਼ ਹੀ ਨਹੀਂ ਹੈਗੀਆਂ ਕੰਮ ਕਰਕੇ। ਇੰਨਾ ਇੱਥੇ ਕੰਪੀਟੀਸ਼ਨ ਆ, ਇੰਨੇ ਇੱਥੇ ਘੱਟ ਰੇਟ ਨੇ, ਬਚੇ ਕੁਛ ਨਹੀਂ ਰਿਹਾ ਕੰਪਨੀਆਂ ਨੂੰ। ਤੋ ਅੱਗੇ ਆਪਾਂ ਜਾਈਏ, ਵਧੀਏ ਅੱਗੇ। ਅਤੇ ਉਹੀ ਇਹ ਫਰਵਰੀ 2023 ਅਤੇ ਫਰਵਰੀ 2024 ਦੇ ਸਟੈਟਿਕਸ ਨੇ। ਜੇ ਮੈਂ ਗੱਲ ਕਰਾਂ, ਫਰਵਰੀ 2023 ਦੇ ਵਿੱਚ 69,034 ਟਰੈਕਟਰ ਵਿਕੇ ਸੀ, ਅਤੇ ਫਰਵਰੀ 2024 'ਚ 76,625। ਸਿੱਧਾ ਸਿੱਧਾ 7,500-8,000 ਟਰੈਕਟਰ ਵੱਧ ਵਿਕਿਆ, ਨਾ ਕਿ ਘੱਟ ਵਿਕਿਆ। ਇਹ ਆਪਣੇ ਆਪ ਨੂੰ ਤੁਸੀਂ ਸਹੀ ਕਰ ਲਿਓ, ਸਟੈਟਿਕਸ FADA 'ਤੇ ਹੈਗਾ ਹੈ। ਮਹਿੰਦਰਾ ਐਂਡ ਮਹਿੰਦਰਾ ਲਿਮਿਟਡ ਫਰਵਰੀ 2023 'ਚ 15,899, ਫਰਵਰੀ 24 'ਚ 17,490, ਸਵਰਾਜ ਫਰਵਰੀ 2023 'ਚ 12,478, ਅਤੇ ਫਰਵਰੀ 24 'ਚ 14,100। ਅੱਗੇ ਸਵਰਾਜ ਵੀ ਅੱਗੇ ਆ, ਮਹਿੰਦਰਾ ਵੀ ਅੱਗੇ ਆ। ਇੰਟਰਨੈਸ਼ਨਲ ਟਰੈਕਟਰ ਲਿਮਿਟਡ, ਤੁਹਾਡਾ ਸੋਨਾ ਲੀਕਾ ਭਾਅ ਜੀ, ਫਰਵਰੀ 2023 'ਚ 8,619 ਟਰੈਕਟਰ, ਫਰਵਰੀ 2024 'ਚ 9,943 ਟਰੈਕਟਰ। ਲਾ ਲਓ ਕਿੱਥੇ 8,600, ਕਿੱਥੇ 9,800, ਇਹ ਵੀ ਅੱਗੇ ਆ। ਟੈਫੇ ਫਰਵਰੀ 2023 'ਚ 6,608 ਟਰੈਕਟਰ, ਫਰਵਰੀ 2024 'ਚ 8,307, ਇਹ ਵੀ ਅੱਗੇ ਆ ਭਾਅ ਜੀ। ਅੱਗੇ ਆ ਗਿਆ ਤੁਹਾਡਾ ਅਸਕੋਟ ਲਿਮਿਟਡ, ਫਰਵਰੀ 2023 'ਚ 7,343, ਹੁਣ 7,449 ਹੈਗੇ ਗਰੋਥ 'ਚ ਨੇ, ਪਰ ਬਹੁਤ ਹੀ ਨੋਮੀਨਲ ਜੀ, ਬਹੁਤ ਹੀ ਮਾਈਨਰ ਜੀ ਗਰੋਥ ਆ, ਇਹ ਖਤ ਚਿੰਤਾ ਦੀ ਗੱਲ ਆ। ਪਰ ਜੇ ਹੁਣ ਇੱਥੇ 7,343-23 'ਚ ਇੱਥੇ ਰਹਿ ਜਾਣ 3,000, ਬਾਜਾ ਵੱਜ ਜੂ, ਬਾਜਾ, ਐ ਨਹੀਂ ਕੋਈ ਚੀਜ਼ ਘੱਟਦੀ ਹੁੰਦੀ ਇੱਦਾਂ। ਜੌਂਡੀਅਰ ਇੰਡੀਆ ਪ੍ਰਾਈਵੇਟ ਲਿਮਿਟਡ ਫਰਵਰੀ 2023 'ਚ 6,958 ਟਰੈਕਟਰ,
ਐਤਕੀ 806 ਟਰੈਕਟਰ। ਇਹ ਚਿੰਤਾ ਵਾਲੀ ਗੱਲ ਹੈਗੀ ਆ। ਇਹ ਵੀ ਇੱਕ ਹੁੰਦਾ ਇਹ ਆਲ ਇੰਡੀਆ ਸਟੈਟਿਕਸ ਨੇ, ਕਈ ਵਾਰੀ ਹੋ ਜਾਂਦਾ ਕਿਸੇ ਪਰਟੀਕੂਲਰ ਕੰਪਨੀ ਲਈ ਸਪੈਸੀਫਿਕ ਕਿਸੇ ਬ੍ਰਾਂਡ ਲਈ ਮਾੜਾ ਮੋਟਾ, ਉਹ ਵੀ 40-50 ਟਰੈਕਟਰ ਗਰੋਥ 'ਚ ਨੇ, ਇਹ ਨਹੀਂ ਕਿ ਪਿੱਛੇ ਨੂੰ ਚਲੇ ਗਿਆ, ਪਰ ਇਹ ਗਰੋਥ ਬਹੁਤ ਜ਼ਿਆਦਾ ਘੱਟ ਆ। ਮਤਲਬ ਪੂਰੀ ਖਿੱਚਾਤਾਣੀ ਬਣੀ ਹੋਈ ਆ ਜੇ ਡੀ 'ਚ। ਹੁਣ ਮਾਰਚ ਦੇਖਦੇ ਹਾਂ ਕੀ ਕਹਿੰਦਾ, ਪਰ ਇਹ ਨਹੀਂ ਕਿ ਕੋਈ ਟਰੈਕਟਰ ਘੱਟ ਗਿਆ, ਕਮਾਲ ਆ ਹੀ ਆ। ਆਇਸ਼ਾ ਟਰੈਕਟਰ ਫਰਵਰੀ 2023 3932, ਫਰਵਰੀ 2024 5366, CNH ਇੰਡਸਟਰੀਅਲ ਪ੍ਰਾਈਵੇਟ ਲਿਮਿਟਡ ਤੁਹਾਡਾ ਹੋਲੈਂਡ, ਫਰਵਰੀ 2023 2656, ਹੁਣ 3016, ਇਹ ਵੀ ਗਰੋਥ 'ਚ। ਕਬੋਟਾ ਫਰਵਰੀ 2023 1966 ਟਰੈਕਟਰ, ਹੁਣ 1735 ਟਰੈਕਟਰ। ਇਹ ਚਿੰਤਾ ਦਾ ਵਿਸ਼ਾ, ਪਿੱਛੇ ਗਿਆ ਕਬੋਟਾ, ਉਹ ਵੀ ਇੱਕ ਮਹੀਨੇ ਲਈ, ਇਹ ਨਹੀਂ ਕਿ ਸਾਲਾਂ ਬੱਧੀ, ਇੱਕ ਮਹੀਨੇ ਲਈ। ਇਹ ਪੂਰਾ ਚਿੰਤਾ ਦਾ ਵਿਸ਼ਾ ਜਦੋਂ ਇੰਨੀ ਘੱਟ ਵੋਲੀਅਮ ਹੁੰਦੀ ਆ ਕਿਸੇ ਕੰਪਨੀ ਦੀ। ਮਤਲਬ ਇਹਨੂੰ ਕਹਿ ਸਕਦੇ ਹੋ ਕਿ ਘਾਟੇ 'ਚ ਆ, ਉਹ ਕਿਉਂ ਝਾਲ, ਉਹ ਕਿਉਂ ਝੱਲ ਰਹੇ ਨੇ, ਉਹ ਮਲਟੀਨੈਸ਼ਨਲ ਨੇ, ਇੰਟਰਨੈਸ਼ਨਲ ਕੰਪਨੀ ਆ, ਚਾਈਨਾ 'ਚ, US 'ਚ, ਯੂਰਪ, ਸਾਰੀ ਦੁਨੀਆ 'ਚ ਵਿਕਦੇ ਨੇ। ਜੇ ਕਿਤੇ ਇੰਡੀਆ 'ਚ ਹੁੰਦੇ, ਇੰਨੀ ਛੋਟੀ ਇੰਡਸਟਰੀ ਇਕੱਲੇ ਟਰੈਕਟਰ 'ਤੇ ਡਿਪੈਂਡ ਹੁੰਦੀ, ਬਹੁਤ ਔਖਾ, ਬਹੁਤ ਹੀ ਜ਼ਿਆਦਾ ਔਖਾ। ਕੈਪਟਨ ਟਰੈਕਟਰ ਪ੍ਰਾਈਵੇਟ ਲਿਮਿਟਡ 2023 'ਚ 249, ਫਰਵਰੀ 2024 'ਚ 498, ਇਹ ਵੀ ਗਰੋਥ 'ਚ ਨੇ। VST ਫਰਵਰੀ 2023 'ਚ 462, ਹੁਣ 341, ਇਹ ਵੀ ਘਾਟੇ 'ਚ ਨੇ। ਗਰੋਮੈਕਸ ਐਗਰੀ ਇਕਿਊਪਮੈਂਟ ਲਿਮਿਟਡ 253 ਫਰਵਰੀ 2023 'ਚ, ਹੁਣ ਹੈਗੇ ਆ 308। ਅਦਰਸ ਕੀ ਆ ਜਾਂਦੇ ਨੇ, ਬਹੁਤ ਛੋਟੀਆਂ ਛੋਟੀਆਂ ਇੰਡਸਟਰੀਆਂ ਨੇ, ਬਹੁਤ ਛੋਟੇ ਛੋਟੇ ਟਰੈਕਟਰ ਨੇ ਜਿਹੜੇ ਆ ਇੱਕ ਇੱਕ ਹਲ ਖਿੱਚੀ ਫਿਰਦੇ ਆ, ਜਾਂ ਬਹੁਤ ਸਟੇਟਾਂ 'ਚ ਨੇ ਛੋਟੇ ਛੋਟੇ ਜਿਹੜੇ ਟਰੈਕਟਰ ਨੇ। ਉਹ 2620 ਟਰੈਕਟਰ ਸੀ ਫਰਵਰੀ 2023 'ਚ, ਫਰਵਰੀ 2024 'ਚ 2269 ਨੇ, ਇਹ ਘਟੇ ਆ ਅਦਰ ਸਾਰੇ। ਜੇ ਟੋਟਲ ਆਪਾਂ ਸਟੈਟਿਕਸ ਦੇਖੀਏ, ਫਰਵਰੀ 2024 'ਚ 76,626 ਟਰੈਕਟਰ, ਫਰਵਰੀ 2023 'ਚ 69,034 ਟਰੈਕਟਰ, 7,500-8,000 ਟਰੈਕਟਰ ਅੱਗੇ ਆਇਆ। ਜੇ ਆਪਾਂ ਕਹੀਏ ਹਾਂ 8,500-8,000 ਟਰੈਕਟਰ ਵੱਧ ਵਿਕੇ, ਘੱਟ ਕਿਵੇਂ ਹੋ ਜੂਗਾ? ਐਂ ਨਹੀਂ ਕੋਈ ਚੀਜ਼ ਘੱਟਦੀ ਹੁੰਦੀ। ਜਿਹੜੀ ਕਿਸੇ ਕੰਟਰੀ ਦੀ GDP ਆ, GDP ਘਟਣੀ ਤਾਂ ਬਹੁਤ ਦੂਰ ਦੀ ਗੱਲ ਆ। ਜੇ ਉਹ ਸਟੇਬਲ ਹੋ ਜਾਵੇ, ਮੰਨ ਲਓ ਸਟੱਕ ਹੋ ਜਾਵੇ, ਜੇ ਅੱਜ ਦੀ ਜਿੰਨੀ GDP ਆ ਉੱਥੇ ਰੁਕਗੀ, ਗਰੋਥ ਹੋਵੇ ਹੀ ਨਾ, ਤਾਂ ਵੀ ਕੰਟਰੀ ਮਤਲਬ ਕਿ ਕਲੈਪਸ ਕਰ ਜੂਗੀ ਇਕੋਨਮੀ। ਇਹ ਜਿਹੜੀ ਇੰਨੀ ਪਾਪੂਲੇਸ਼ਨ ਵੱਧਦੀ ਆ, ਇੰਨੇ ਸੇਲਾਂ ਵੱਧਦੀਆਂ ਨੇ, ਬੰਦਾ ਵੱਧ ਰਿਹਾ, ਕੰਜ਼ਮਪਸ਼ਨ ਵੱਧ ਰਹੀ ਆ, ਉਹਦੇ ਅਕੋਰਡਿੰਗ ਵਧਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ। ਹਰ ਸਾਰੀ ਦੁਨੀਆ ਦੀ ਉਹ ਜਿਹੜੀ ਟੋਟਲ ਵਰਥ ਹੈ ਉਹ ਵੱਧ ਰਹੀ ਆ, ਕਿਉਂਕਿ ਸੋਰਸਿਸ ਇੰਨੀਆਂ, ਕੰਪਨੀਆਂ, ਇੰਨੇ ਬਿਜ਼ਨਸ, ਇੰਨਾ ਕੁਛ ਵੱਧ ਰਿਹਾ। ਇਹ ਘਟਣੀ ਤਾਂ ਬਹੁਤ ਦੂਰ ਦੀ ਗੱਲ ਆ, ਇਹ ਤਾਂ ਜੇ ਸਟੇਬਲ ਹੋ ਜਾਵੇ ਉਹ ਵੀ ਬਹੁਤ ਚਿੰਤਾਜਨਕ ਅਤੇ ਖਤਰੇ ਵਾਲੀ ਗੱਲ ਹੁੰਦੀ ਆ। ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਵੇਂ ਲੋਕ ਕਹੀ ਜਾਂਦੇ ਨੇ ਹੁਣ ਤਾਂ ਟਰੈਕਟਰ ਵਿਕਣੇ ਹੀ ਨਹੀਂ। ਜੇ ਟਰੈਕਟਰ ਖੇਤੀ ਲਈ ਘੱਟ ਹੋ ਰਹੇ ਨੇ, ਕਮਰਸ਼ੀਅਲੀ ਬਹੁਤ ਕੰਮ ਹੈ, ਮਿਊਂਸਪੈਲਿਟੀਆਂ 'ਚ ਕਿੰਨੇ ਟਰੈਕਟਰ ਜਾ ਰਹੇ ਨੇ, ਹੋਰ ਛੋਟੇ ਛੋਟੇ ਕੰਮਾਂ ਲਈ, ਮੰਡੀ ਗੋਬਿੰਦਗੜ੍ਹ ਲਾ ਲਓ ਕਿੰਨਾ ਟਰੈਕਟਰ ਖਪਦਾ, ਉਹਨਾਂ ਆਲੇ ਦੁਆਲੇ ਦੇ ਪਿੰਡਾਂ 'ਚ ਨਹੀਂ ਖਪਦਾ। ਹੁਣ ਲੁਧਿਆਣੇ ਕਿੰਨਾ ਟਰੈਕਟਰ ਖਪ ਜਾਂਦਾ, ਜਾਂ ਜੀਰਕਪੁਰ ਮੋਹਾਲੀ ਕਿੰਨਾ ਟਰੈਕਟਰ ਖਪ ਜਾਂਦਾ। ਚਲੋ UT ਤਾਂ ਕੋਈ ਨਾ ਡੀਲਰਸ਼ਿਪ ਆ, ਨਾ ਉੱਥੇ ਕੋਈ ਵਰਤਦਾ ਚੰਡੀਗੜ੍ਹ ਦੇ ਏਰੀਏ 'ਚ। ਊਂ ਆਲੇ ਦੁਆਲੇ ਹੋਰ ਕੰਮ ਕਿੰਨੇ ਨੇ ਛੋਟੇ ਛੋਟੇ, ਆ ਪਾਣੀ ਦੀਆਂ ਟੈਂਕੀਆਂ ਜੀਆਂ ਖਿੱਚੀ ਫਿਰਦੇ ਆ, ਸੜਕਾਂ 'ਤੇ ਕੰਸਟਰਕਸ਼ਨ ਇੰਨੀ ਹੋ ਰਹੀ ਆ। ਹੁਣ ਤੁਸੀਂ ਜਿੱਥੇ ਕੰਸਟਰਕਸ਼ਨ ਹੁੰਦੀ ਆ ਉੱਥੇ ਕਿੰਨੇ ਟਰੈਕਟਰਾਂ ਦੀ ਲੋੜ ਆ? ਆ ਭਾਰਤਮਾਲਾ ਰੋਡ ਬਣਨੀ ਆ, ਇਹਨੇ ਇੰਨਾ ਟਰੈਕਟਰ ਖਪਾ ਜਾਣਾ ਜਿੰਨਾ ਆਪਾਂ ਤੋਂ 5 ਸਾਲ 'ਚ ਨਹੀਂ ਖਪਣਾ। ਬਹੁਤ ਚੀਜ਼ਾਂ ਨੇ ਯਾਰ, ਐਂ ਨਹੀਂ ਹੁੰਦਾ ਕਿ ਵੀ
ਬਾਹੀ ਵਾਲੀ ਲੈਂਡ ਘੱਟ ਗਈ, ਲੋਕਾਂ ਕੋਲ ਲੈਂਡ ਹੋਲਡਿੰਗ ਘੱਟ ਗਈ, ਤਾਂ ਜੀ ਟਰੈਕਟਰ ਘੱਟ ਵਿਕਣ ਲੱਗ ਜਾਣਗੇ, ਬਦਲੀ ਜਾਂਦਾ ਸਿਸਟਮ। ਹੁਣ ਕਾਰਾਂ ਨੇ, US ਵਰਗੇ ਕੰਟਰੀ ਥੋੜ੍ਹੀਆਂ ਕਾਰਾਂ ਵਿਕ ਰਹੀਆਂ ਨੇ, ਨਾਲੇ ਪਰ ਹੈੱਡ ਕਾਰ ਆ, ਘਰ 'ਚ ਦੋ ਜਣੇ ਆ ਤਾਂ ਤਿੰਨ ਕਾਰਾਂ ਨੇ, ਉਹ ਫਿਰ ਜੰਕ ਹੋਈ ਜਾਂਦੀਆਂ ਨੇ। ਐਂ ਕੋਈ ਪਰਮਾਤਮਾ ਦੀ ਖੇਡ ਤਾਂ ਉਦੋਂ ਹੀ ਖੜੂਗੀ। ਇਹ ਤਾਂ ਤੁਸੀਂ ਬਸ ਅਰਦਾਸ ਕਰਿਆ ਕਰੋ ਕਿ ਪਲੈਨਟ ਘੁੰਮਦਾ ਰਹੇ, ਇਹ ਜਿੰਨੀ ਸਪੀਡ 'ਤੇ ਆ ਕੋਈ ਉਥਲ ਪੁਥਲ ਨਾ ਹੋ ਜਾਵੇ, ਜੇ ਉਈਓ ਮਾਰੇ ਭਗਾ ਕੇ ਰਗੜ 'ਤੇ ਸਾਰੀ ਤਾਂ ਕੀ ਕਹਿਣਾ। ਨਹੀਂ, ਜਿੰਨਾ ਚਿਰ ਸ੍ਰਿਸ਼ਟੀ ਚੱਲਦੀ ਆ, ਜੇ ਤੁਹਾਡੇ 'ਚ ਕਲਾ ਕੰਮ ਚਲਾਉਣ ਦੀ, ਕੰਮ ਵੀ ਚੱਲਣਗੇ, ਵੇਚਣ ਦੀ ਕਲਾ ਤਾਂ ਚੀਜ਼ ਵੀ ਵਿਕੂ, ਬਣਾਉਣ ਦੀ ਕਲਾ ਤਾਂ ਉਹ ਵੀ ਸਮਾਨ ਵਿਕੂਗਾ, ਕੋਈ ਇਹੋ ਜਿਹੀ ਘਬਰਾਉਣ ਵਾਲੀ ਗੱਲ ਨਹੀਂ। ਮੈਂ ਤਾਂ ਇੱਦਾਂ ਹੀ ਸੋਚਦਾ, ਹੈ ਨਾ, ਐਂ ਫਿਰ ਨੈਗੇਟਿਵ ਹੋ ਕੇ ਤਾਂ ਕੁਛ ਵੀ ਨਹੀਂ ਬਣਦਾ। ਸੋ ਬਹੁਤ ਬਹੁਤ ਧੰਨਵਾਦ, ਵੀਡੀਓ ਹੁਣ ਬਣਾਉਂਦੇ ਰਿਹਾ ਕਰਾਂਗੇ, ਅਤੇ ਉਹੀ ਪਾਇਆ ਕਰਾਂਗੇ ਜੋ ਦਿਲ ਨੂੰ ਲੱਗਿਆ ਕਰੂ, ਕਿਸੇ ਦੀ ਆ ਨਹੀਂ ਹੁਣ ਪਾ ਦਿਆ ਕਰਨੀ ਚੁੱਕ ਕੇ, ਅਗਲੇ ਨੂੰ ਐਂ ਹੋ ਜਾਂਦਾ ਯਾਰ ਵੀ ਪਤਾ ਨਹੀਂ ਇਹਨੂੰ ਕਿਆ ਲੋੜ ਹੈ, ਹੋਰ ਇਹਦਾ ਉਈਓ ਪਾਉਣ ਨਾਲ ਚੱਲਿਆ ਜਾਂਦਾ, ਇਹਦੀ ਦੁਕਾਨ ਦੀ ਪਾਤੀ, ਬੰਦ ਕਰਤਾ ਹੁਣ ਸਾਰਾ ਆਪਣੀ। ਯਾਰ ਗੋਰੇ ਕਹਿੰਦੇ ਨੇ ਨਥਿੰਗ ਇਜ਼ ਫਰੀ ਇਨ ਲਾਈਫ, ਤੁਸੀਂ ਕਿਸੇ ਨੂੰ ਕੋਈ ਚੀਜ਼ ਫਰੀ ਨਾ ਦਿਓ, ਜੇ ਤੁਸੀਂ ਫਰੀ ਦਿੰਦੇ ਹੋ ਤਾਂ ਤੁਸੀਂ ਆਪਣੀ ਵੈਲਿਊ ਘਟਾਉਂਦੇ ਹੋ। ਮੈਂ ਥੋੜ੍ਹਾ ਜਿਹਾ ਨਿਆਣ ਜਜ਼ਬਾਤੀ ਜਿਹਾ ਬੰਦਾ, ਮੈਂ ਛੇਤੀ ਪਿੰਗਲ ਜਾਂਦਾ, ਅੜ ਵੀ ਛੇਤੀ ਹੋ ਜਾਂਦਾ, ਪਿੰਗਲ ਵੀ ਮਿੰਟ 'ਚ ਜਾਂਦਾ, ਮੈਂ ਇਹੋ ਜਿਹੀ ਹਾਂ, ਕਿਆ ਕਰੀਏ। ਸੋ ਇਹ ਸੀ ਟਰੈਕਟਰਾਂ ਦੀ ਟੇਲ ਸੇਲ, ਚੰਗਾ ਲੱਗਾ ਤਾਂ ਸ਼ੇਅਰ ਕਰਨੀ ਹੈ, ਨਾ ਚੰਗੀ ਲੱਗੀ ਬਿਲਕੁਲ ਨਹੀਂ ਕਰਨੀ, ਚੈਨਲ ਤਾਂ ਸਬਸਕ੍ਰਾਈਬ ਕਰਨਾ ਤੁਹਾਨੂੰ ਕੋਈ ਹੈਲਪਫੁੱਲ ਲੱਗਦਾ, ਅਦਰਵਾਈਜ਼ ਬਿਲਕੁਲ ਨਹੀਂ ਕਰਨਾ। ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।